ही नहीं सकते वो भाई तवायफ गिरी हुई तमाशबीनों में मैं गल की थी है इन्ना दे पिंड दा सी ना वाकया अच्छा जी खप पै गई डंडे निकले कट निकलो निकलो आ गई है वो डंडे डुंडे बुजुर्ग लेके आ गए उन्होंने कहा की होया अखे नु कढो इन असि बड़ा साल हो पिंडों कढ़िया सी हुण फिर आ गई उन्होंने कहा भाई कौन आ गई किदा आ गई कहिंदे अकल अच्छा इन्हू कढ़िया सी साडे बुजुर्गों ने तां इह उहने दा की काम इत्थे ਇਹਨੂੰ ਸਮਝ ਦੇ ਨਾ ਲੇਟ ਆਉਂਦੀ ਆ ਚੱਠਾ ਹੈ ਨਾ ਅਸਲੀ ਉਹ ਚੋਰ ਸਾਹਿਬ ਅਸੀਂ ਕਾਹਦੇ ਆਲਮ ਆ ਆਲਮ ਤੇ ਜ਼ਬੈਰ ਨਬੀ ਸਾਹਿਬ ਨੇ ਜਾਂ ਹੋਰ ਕੋਈ ਬੰਦਾ ਆਲਮ ਹੋਏਗਾ ਇਹਨੇ ਨਾ ਭਜਨ ਇੱਕ ਆਲਮ ਸੀ ਇੱਕ ਇਲਾਕੇ 'ਚ ਉਹਨੇ ਹਰ ਵਕਤ ਸੋਟੀ ਫੜੀ ਹੁੰਦੀ ਹਰ ਵਕਤ ਚੋਰ ਸਾਹਿਬ ਵਰਗਾ ਸੀ ਸਾਡੇ ਬਜ਼ੁਰਗ ਨੇ ਜਿਸ ਕਿਸੇ ਬੰਦੇ ਨੇ ਇੰਜ ਕਰਨਾ ਮੌਲਵੀ ਸੀ ਇੱਕ ਮਸੀਤ ਦਾ ਆਲਮ ਸੀ ਉੱਥੇ ਮਸਲ ਪੰਜਾਂ ਸੱਤਾਂ ਮਸੀਤਾਂ ਉਹਦੇ ਥੱਲੇ ਸਨ ਜਿਸ ਤਰ੍ਹਾਂ ਇੱਕ ਐਸ ਪੀ ਦੇ ਥੱਲੇ ਸੱਤ ਥਾਣੇ ਹੁੰਦੇ ਨੇ ਇਸ ਤਰ੍ਹਾਂ ਹੀ ਉਹ ਮੌਲਵੀ ਸੀ ਉਹ ਚੋਰ ਸਾਹਿਬ ਜਿਸ ਬੰਦੇ ਨੇ ਹੱਥ ਇੱਥੇ ਕਰਨੇ ਨਾ ਉਹਨੇ ਸੂਟੀ ਮਾਰਨੀ ਪੈਰ ਚੋਦ ਮੁਕੰਮਲ ਲਾ ਕਰਨਾ ਬੰਦੇ ਨਮਾਜ਼ ਪੜ੍ਹਨ ਵਾਲੇ ਵੀ ਆਵਾਜ਼ਾ ਖੁਤਬਾ ਸੁਣਾਉਣ ਵਾਲੇ ਵੀ ਕੋਈ ਨਾ ਕੋਈ ਐਸਾ ਉਹਨੇ ਖੁਤਬਾ ਸੁਣਾ ਦੇਣਾ ਕਿ ਬੰਦੇ ਕੰਧਾਂ ਨਾ ਬਣੇ ਉਹਨੇ ਕਿਹਾ ਯਾਰ ਮੈਂ ਕਿਹੜੇ ਰੌਲੇ 'ਚ ਪੈ ਗਿਆ ਆਵਾਮ ਉਹਦੇ ਕੋਲ ਜਿਸ ਕਿਸੇ ਨੇ ਪੈਰ ਬਹੁਤੇ ਖੋਲ ਲਿਆ ਉਹਨੇ ਗਿੱਟੇ 'ਤੇ ਸੋਟੀ ਮਾਰਨੀ ਲੱਗ ਕਰ ਆਪਣਾ ਕੋਈ ਤਲਾਕ ਦਾ ਕੋਈ ਨਵਾਂ ਮਸਲਾ ਕਦੀ ਆਖਣਾ ਦੋਂਦਾ ਜਾਨਵਰ ਨਹੀਂ ਲੱਗਦਾ ਆਵਾਮ ਉਹ ਤੋਂ ਬੜੀ ਤੰਗ ਆਵਾਮ ਇੱਕ ਮੇਰੇ ਅੱਗੇ ਲਫਾਟਕੇ ਕੋ ਤੁਰ ਗਈ ਲੋਕਾਂ ਆਖਿਆ ਯਾਰ ਚੱਠਾ ਗੱਲ ਇਹ ਯਾਰ ਇਸ ਮੌਲਵੀ ਨੂੰ ਕਿਤੇ ਠੰਡ ਪਾਉਣੀ ਇਹ ਮੌਲਵੀ ਨਹੀਂ ਚੋਰ ਸਾਹਿਬ ਜੀ ਜੀ ਸਾਡਾ ਬੰਦਾ ਮਿਸ ਹੋ ਗਿਆ ਇਹ ਮੌਲਵੀ ਚੋਰ ਸਾਹਿਬ ਜਿਹੜਾ ਨਾ ਇਹਨੇ ਬੜਾ ਕਚੋਇਆ ਲੋਕ ਮਸਜਿਦਾਂ ਚ ਜਾਣ ਹਟ ਗਏ ਨੇ ਇੱਥੇ ਨਮਾਜ਼ ਦੇ ਡਿਸਿਪਲਿਨ ਚ ਲੋਕਾਂ ਨੂੰ ਮਾਰ ਦੇਣ ਲੱਗਾ ਐਸੇ ਐਸੇ ਮਸਲੇ ਸੁਣਾਉਂਦਾ ਬੰਦਿਆਂ ਨੂੰ ਨਮਾਜ਼ ਪੜ੍ਹਦੇ ਗਿੱਟੇ ਤੇ ਸੋਟੀ ਮਾਰਦਾ ਸਲਵਾਰ ਤਾਂ ਕਰ ਬੰਦੇ ਬੜੇ ਆਵਾਜ਼ਾਰ ਨੇ ਕੁਰਾਨੇ ਪਾਕ ਦਾ ਆਉਂਦਾ ਤੇਰਾ ਤਲਫਜ਼ ਨਹੀਂ ਠੀਕ ਹੱਥ ਬਾਹਰ ਕੱਢ ਲਾ ਸੋਟੀਕਾ ਮਾਰਦਾ ਬੜੇ ਤੰਗ ਤੇ ਸ਼ਾਹਦ ਭਾਈ ਇਸ ਮੌਲਵੀ ਨੂੰ ਕਿਤੇ ਟੱਕੋ ਸ਼ਾਹਦ ਭਾਈ ਨੇ ਆਖਿਆ ਯਾਰ ਗੱਲ ਇਹ ਮੇਰੇ ਕੋਲ ਇਲਮ ਤੇ ਕੋ ਨਹੀਂ ਲੇਕਿਨ ਚਲੋ ਇੰਨਾ ਆਵਾਮ ਦਾ ਸਰਾਰ ਆ ਤੇ ਇਹਦੇ ਨਾਲ ਮੁਨਾਜ਼ਰਾ ਰੱਖ ਲਓ ਰੱਖੋ ਮੁਨਾਜ਼ਰਾ ਲਿਆਓ ਇਸ ਮੌਲਵੀ ਨੂੰ ਕਿੱਥੇ ਮੌਲਵੀ ਮੌਲਵੀ ਦੇ ਜਿਹੜੇ ਕੋਈ ਪੰਜ ਸੱਤ ਆਮੀ ਸਾ ਉਹਨਾਂ ਆਖਿਆ ਫਲਾਂ ਇੱਕ ਇਲਾਕੇ ਦਾ ਬੰਦਾ ਉਹਨੇ ਤੈਨੂੰ ਮੁਨਾਜ਼ਰੇ ਲਈ ਭੈਣ ਜੱਟਾ ਚੈਲੰਜ ਕਰਤਾ ਜੋ ਤੇਰੇ ਕੋਲ ਹੁੰਦਾ ਕਰ ਪਾ ਉਹਨਾਂ ਆਖਿਆ ਲਓ ਜੀ ਮੌਲਵੀ ਆਖਿਆ ਯਾਰ ਮੇਰੇ ਲੈਵਲ ਦਾ ਵੀ ਕੋਈ ਆਲਮ ਪੈਦਾ ਹੋ ਗਿਆ ਕਿਸੇ ਇਲਾਕੇ 'ਚ ਜਿਹਨੇ ਮੈਨੂੰ ਚੈਲੰਜ ਕਰ ਕੱਢਿਆ ਮੈਂ ਤੇ ਮਸਜਿਦਾਂ ਦੇ ਮੁਫਤੀ ਤੇ ਚੰਦ ਵੇਖਣ ਵਾਲੇ ਮੌਲਵੀ ਮੁਨੀਬੁਰ ਰਹਿਮਾਨ ਹੋਣੀ ਹਰ ਸ਼ਹਿ ਮੇਰੇ ਅੰਡਰ ਆ ਮੈਨੂੰ ਪੁੱਛ ਕੇ ਤੇ ਸਰਹੱਦ ਵਾਲਾ ਮੌਲਵੀ ਵੀ ਚੰਦ ਦਾ ਐਲਾਨ ਕਰਦਾ ਇਹ ਕਿਹੜਾ ਸ਼ਖਸ ਆ ਜਿਹਨੇ ਮੈਨੂੰ ਚੈਲੰਜ ਕਰ ਕੱਢਿਆ ਲਓ ਜੀ ਜਨਾਬ ਉਹ ਮਲਾਖੜੇ ਦਾ ਜਿਹੜਾ ਦਿਨ ਸੀ ਉਹ ਤੈਅ ਹੋ ਗਿਆ ਬੈਨਰ ਲੱਗ ਗਏ ਇਸ਼ਤਿਹਾਰ ਲੱਗ ਗਏ ਜਨਾਬ ਊਠਾਂ ਤੇ ਬੰਦੇ ਘੋੜਿਆਂ ਤੇ ਖੋਤਿਆਂ ਤੇ ਬੱਸਾਂ ਤੇ ਬੈਨਰ ਆ ਰਹੇ ਨੇ ਉਧਰੋਂ ਸ਼ਾਹ ਚੱਠਾ ਆ ਰਿਹਾ ਕੁੱਤੀਆਂ ਚਾਲੀਆਂ ਪੰਜਾਹ ਬੱਸਾਂ ਤੇ ਆਵਾਮ ਢੋਲ ਮਗਰ ਟਾਂਗੇ ਇਧਰੋਂ ਜਨਾਬ ਮੌਲਵੀ ਕਰਮੱਲੀ ਆ ਰਿਹਾ ਉਹ ਚੋਰੀ ਸਾਹਿਬ ਉਹਦੇ ਵੀ ਬੈਨਰ ਲੱਗੇ ਨੇ ਉਹਦੇ ਵੀ ਜਿਹੜੇ ਗੁਰਜ਼ਾਂ ਫੜੀਆਂ ਬੰਦਿਆਂ ਨੇ ਉਹ ਆਖ ਰਹੇ ਨੇ ਜੀ ਪੱਠਾ ਫਲਾਣਾ ਮੌਲਵੀ ਇੱਧਰ ਕਹਿ ਰਹੇ ਨੇ ਸ਼ਾਹ ਚੱਠਾ ਪੱਠਾ ਚੋਰੀ ਜ਼ਬੈਰ ਨਬੀ ਐਨੀ ਚੋਰੀ ਸਾਹਿਬ ਦਗੜ ਦਗੜ ਤੇ ਡਾਂਸ ਹੋ ਰਿਹਾ ਔਰਤਾਂ ਕੋਠਿਆਂ ਤੇ ਚੜੀਆਂ ਕਈ ਮਾਈਆਂ ਦੁੱਧ ਲੈ ਖਲੋਤੀਆਂ ਸ਼ਾਹ ਚੱਠੇ ਲਈ ਉਧਰ ਮੌਲਵੀ ਲਈ ਲੈ ਕੇ ਖਲੋਤੀਆਂ ਨੇ ਉਹ ਆਲਮੀ ਲੈਵਲ ਦਾ ਮਲਾਖੜਾ ਹੋਣ ਲਿਆ ਵਜ਼ੀਰ ਆਜ਼ਮ ਨੇ ਤੇ ਵਜ਼ੀਰ ਆਲਾ ਨੇ ਇਲਾਕੇ 'ਚ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਚੋਰ ਸਾਹਿਬ ਉੱਥੇ ਮਲਾਖੜਾ ਸ਼ੁਰੂ ਹੋ ਗਿਆ ਆਮਣੇ ਸਾਹਮਣੇ ਮੌਲਵੀ ਤੇ ਸ਼ਾਹ ਚੱਠਾ ਆ ਗਏ ਹੁਣ ਮੌਲਵੀ ਨੇ ਪਿੱਛੇ ਪੰਜ ਸੱਤ ਬੰਦੇ ਕਿਤਾਬਾਂ ਦੇ ਕੇ ਖਿਲਾ ਰਹੇ ਆ ਵੀ ਪਤਾ ਨਹੀਂ ਇਹਨੇ ਮੈਨੂੰ ਕਿਹੜੀ ਹਦੀਸ ਕਿਹੜੀ ਕੋਈ ਗੱਲ ਪੁੱਛ ਲੈਣੀ ਹੈ ਉਸੇ ਵਕਤ ਮੈਂ ਹਵਾਲਾ ਕੱਢ ਕੇ ਦਾ ਜਵਾਬ ਦੇ ਰਿਹਾ ਬੰਦੇ ਬਹਿ ਗਏ ਹੁਣ ਬੰਦੇ ਮੈਨੂੰ ਕਹਿ ਰਹੇ ਵੀ ਚੱਠਾ ਵੇਖੀ ਹਾਰ ਨਾ ਜਾਈ ਬੜੀ ਔਖਿਆ ਸਾਡੇ ਤੇ ਪਿੱਛੇ ਜੂਏ ਵੀ ਲੱਗ ਗਏ ਤੇ ਬੇਟਾ ਵੇਖੀ ਇੱਥੇ ਮੱਝਾਂ ਕਈਆਂ ਨੇ ਆਪਣੇ ਬੱਚੇ ਜੂਏ ਚਲਾ ਦਿੱਤੇ
ਤੇ ਮਾਈਆਂ ਵੀ ਆਪਣੇ ਜੀ ਸਾਹਿਬ ਜਿਹੜਾ ਉਹਨਾਂ ਕੋਲ ਗੱਲਾਂ ਕੋ ਸਦੂਕੜੀ ਸੀ ਉਹ ਵੀ ਲਾ ਬੈਠੀਆਂ ਪਿੱਛੇ ਆਈ ਲੈਵਲ ਤੇ ਜੂਏ ਲੱਗ ਗਏ। ਕਈਆਂ ਬੰਦਿਆਂ ਆਪਣੇ ਬੋਲਦ ਲਾਤੇ ਨੇ, ਕਈਆਂ ਨੇ ਆਪਣੀਆਂ ਮੱਝਾਂ, ਕਈਆਂ ਨੇ ਆਪਣੇ ਮੁਰੱਬੇ ਲਾਤੇ ਨੇ। ਵੇਖੀ ਪੁੱਤਰ ਮੌਲ ਵੀ ਬੜਾ ਸਖਤੀ ਤੇ ਤੂੰ ਨਾ ਹਰਨਾ ਜੀ। ਹਰਨਾ ਕੀ ਸੀ ਮੌਲਵੀ ਦੇ ਨਾਲ ਜਿਹੜਾ ਮਲਾਖੜਾ ਸੀ ਉਹ ਇਹ ਸੀ ਵੀ ਦੋ ਗੱਲਾਂ ਚਾਰ ਉਹਨੇ ਕਰਨੀਆਂ ਸਨ, ਦੋ ਚੋਂ ਦਾ ਮੈਂ ਜਵਾਬ ਦੇਣਾ ਸੀ ਤੇ ਉੱਥੋਂ ਮੈਦਾਨ ਜਿੱਤਿਆ ਜਾਣਾ ਸੀ। ਲਓ ਜੀ ਮੌਲਵੀ ਆਮਣੇ ਸਾਹਮਣੇ ਬਹਿ ਗਿਆ। ਮੌਲਵੀ ਇੱਧਰ ਦਾ ਸੀ ਜਦੋਂ ਸਾਹਿਬ ਝੰਗ ਗੱਲ ਦਾ ਸਰਾਇਕੀ ਬੈਲਟ ਦਾ ਮੌਲਵੀ ਸੀ, ਬੜਾ ਉਹਨੇ ਜ਼ਲੀਲ ਕੀਤਾ ਸੀ ਲੋਕਾਂ। ਚਲੇ ਗਏ ਜਨਾਬ ਉੱਥੇ ਬਹਿ ਗਏ। ਮੌਲਵੀ ਨੇ ਬਹਿੰਦਿਆਂ ਆਖਿਆ, ਮੌਲਵੀ ਨੇ ਬਹਿੰਦਿਆਂ ਫਿਕਰ ਆਖਿਆ, ਉਹਨੇ ਕਿਹਾ ਉੱਚਰੋ 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 ਮੀਨਸ ਕੇ ਬੋਲੋ ਲੈਟ ਸਟਾਰਟ। ਅੱਛਾ ਲੈਟ ਸਟਾਰਟ ਸ਼ੁਰੂ ਕਰੋ ਉੱਚਰੋ। ਮੈਨੂੰ ਤੇ ਹੁਣ ਉੱਚਰੋ ਦਾ ਪਤਾ ਨਾ ਲੱਗਾ ਉੱਚਰੋ ਕੀ। ਮੇਰੇ ਵੱਲ ਦੇ ਲੋਕ ਜਿਹੜੇ ਇੰਜ ਹੋ ਗਏ ਕਿਉਂਕਿ ਸਾਹਿਬ ਸਵਾਲ ਉਧਰੋਂ ਐਸਾ ਆਇਆ ਤੇ ਸ਼ਾਹ ਜੱਠਾ ਦੇ ਹੱਥ ਬਾਹਾਂ ਛੱਡ ਗਿਆ। ਮੈਂ ਆਖਿਆ ਯਾਰ ਇਹਨੇ ਕੀ ਆਖਿਆ ਲਫ਼ਜ਼ ਉੱਚਰੋ। ਮੈਂ ਉਹਨੂੰ ਜਵਾਬ ਦਿੱਤਾ ਡਾਕਟਰ ਸਾਹਿਬ, ਮੈਂ ਆਖਿਆ ਉੱਚਰੋ ਮੁੱਚਰੋ ਕੁੱਚਰੋ। ਲੋਕਾਂ ਗਿਆ ਨਾ ਚਾਹ ਜੱਠਾ ਜਿੱਤ ਗਿਆ, ਲੋਕਾਂ ਮੈਨੂੰ ਮੋਢੇ ਤੇ ਚੁੱਕ ਲਿਆ, ਦਗੜ ਦਗੜ ਢੋਲ ਵੱਜ ਗਏ ਜੋ ਸਾਹਿਬ, ਮਗਰ ਮਾਈਆਂ ਦੁਪੱਟੇ ਸੁੱਟ ਦਿੱਤੇ, ਦੁੱਧ ਲੁੱਟ ਕੇ ਘਰਾਂ ਜਨਾ ਗਿਆ ਆਰਾਮ ਹੀ ਲਾਈ ਚੱਲ ਰਿਹਾ। ਮੈਂ ਉਹਨੂੰ ਆਖਿਆ ਉੱਚਰੋ ਮੁੱਚਰੋ ਕੁੱਚਰੋ। ਲੋਕਾਂ ਆਖਿਆ ਹੈ ਸਾਡੇ ਬੰਦੇ ਨੇ ਤਿੰਨ ਜਵਾਬ ਦਿੱਤੇ, ਕਿਆ ਬਾਤ ਹੈ ਜੀ ਐਂਡ ਹੋ ਗਿਆ। ਮੌਲਵੀ ਪਰੇਸ਼ਾਨ ਹੋ ਗਿਆ, ਉਧਰ ਦੀ ਜਿਹੜੀ ਆਵਾਮ ਸਾਰੀ ਡਿੱਗ ਪਈ, ਜਿਹੜੇ ਜੂਏ ਲੱਗੇ ਸਨ ਲੋਕ ਹਰ ਗਏ ਸਾਰੇ। ਉਹਨੇ ਕਿਹਾ ਉਹ ਅੱਗੋਂ ਕਹਿੰਦਾ ਹੁਣ ਆਖਰੀ ਮਲਾਖੜਾ ਦੇ ਵਿੱਚ ਜਿੱਤ ਗਿਆ ਸਾਂ। ਉਹਨੇ ਆਖਰੀ ਕਿਹਾ ਇਹ ਕੀ ਆਂਦਾ ਹੈ ਕੀ ਆਂਦਾ ਇਹ ਕੀ। ਮੈਂ ਕਿਹਾ ਇਹ ਕੀ ਮਿੱਕੀ ਚੀਕੀ। ਲੋਕਾਂ ਮੈਨੂੰ ਫਿਰ ਚੁੱਕ ਲਿਆ, ਲੋਕਾਂ ਕਿਹਾ ਬਾਜੀ ਵਾਹ। ਲਓ ਜੀ ਮੈਂ ਉਹ ਮਲਾਖੜਾ ਦਿੱਤਾ ਉਸ ਆਦਮੀ ਕੋਲੋਂ ਤੇ ਚੌਕ ਕਰ ਗਿਆ ਆਪਣੇ ਵਤਨ ਨੂੰ ਵਾਪਸ। ਉਦਣ ਦਾ ਮੈਂ ਚੈਂਪੀਅਨ ਹਾਂ। ਉੱਥੇ ਹੀ ਇੱਕ ਬੰਦਾ ਜਿਹੜਾ ਨਾ ਉਹ ਮੁਸਾਫਰ ਜਾਂਦਾ ਜਾਂਦਾ ਮਸਜਿਦ ਚਲਾ ਗਿਆ। ਇਹਨੇ ਮਗਰਬ ਦੀਆਂ ਰਕਾਤਾਂ ਪੜਾਈਆਂ ਤਿੰਨ, ਤਿੰਨ ਰਕਾਤਾਂ ਨੂੰ ਇਹਨੇ ਕਰ ਦਿੱਤਾ ਦੋ ਚ, ਦੋ ਤੋਂ ਬਾਅਦ ਇਹਨੇ ਸਲਾਮ ਫੇਰ ਦਿੱਤਾ ਸ਼ਾਰਟ ਕਰਕੇ ਕਸਰ ਕਰ। ਉਹਨਾਂ ਨੇ ਕਿਹਾ ਵੀ ਇਹ ਕੀ ਗੱਲ, ਤੁਸੀਂ ਮੌਲਵੀ ਜਿਹੜਾ ਇਹਨੂੰ ਕਿਉਂ ਰੱਖਿਆ ਜਿਹਨੂੰ ਮਗਰਬ ਦੀਆਂ ਰਕਾਤਾਂ ਦਾ ਨਹੀਂ ਪਤਾ। ਉਹਨਾਂ ਕਹੀ ਯਾਰ ਸਾਡੀ ਮਜਬੂਰੀ ਆ। ਉਹਨਾਂ ਕਿਹਾ ਕੀ ਮਜਬੂਰੀ ਆ, ਇਹ ਨੰਬਰਦਾਰ ਦਾ ਪੁੱਤਰ ਆ, ਚੇਅਰਮੈਨ ਦਾ ਪੁੱਤਰ ਆ, ਐਮ ਪੀ ਏ ਆ, ਜਾਂ ਐਮ ਐਲ ਏ ਦੀ ਸਿਫਾਰਿਸ਼ ਆ, ਜਾਂ ਕਿਸੇ ਸਿਆਸੀ ਪਾਰਟੀ ਦਾ ਜਿਹੜੀ ਬਸ ਇਕਤਦਾਰ ਹੈ ਪੰਜਾਬ 'ਚ ਜਾਂ ਮਰਕਜ਼ 'ਚ। ਉਹਨਾਂ ਕਹਿ ਯਾਰ ਸਾਡੀ ਮਜਬੂਰੀ ਆ, ਜੇ ਇਹਨੂੰ ਆਮ ਨਾ ਬਣਾਈਏ ਇਹ ਜੁੱਤੀ ਚੁੱਕ ਕੇ ਨੜ ਜਾਂਦਾ। ਨਹੀਂ ਮਲਾਖੜਾ ਸਹੀ ਜੀ ਤੇ ਕਮਾਲ ਕਰ ਦਿੱਤਾ, ਕਮਾਲ ਕੀਤਾ, ਕਮਾਲ ਕਰ ਦਿੱਤਾ। ਇਹਦੇ ਜੇਲਮ ਵਾਲੀ ਗੱਲ ਕਿਹੜੀ ਸੀ ਦੱਸੋ, ਹੈ ਇਸ ਕੋ ਚਾਹੋ ਤਾਂ ਤੇਰੀ ਤੇ ਨਦੀਮ ਜਿਹੜੇ ਦਾਦੇ ਤੇ ਪਰਦਾਦੇ ਦੀ ਜਿਹੜੀ ਗੱਫਾ ਦੇ ਗੁਫ਼ਤਗੂ ਸੀ ਉਹ ਸੁਣਾ ਦੇ। ਨਦੀਮ ਹੁਣੀ ਦੇ ਚੌਰ ਸਾਹਿਬ ਉੱਧਰ ਸ਼ੂਦਰ ਸਨ। ਅੱਛਾ ਜੱਟ ਨਹੀਂ ਸੀ, ਜੱਟ ਕਦੋਂ ਦਾ ਸ਼ੂਦਰ ਸਨ, ਇਹ ਕਾਲੋ ਨਹੀਂ ਹੈਗੇ। ਇਹਨਾਂ ਦੇ ਅੱਬਾ ਜੀ ਦਾ ਮਾਲਸ਼ੀਏ ਦਾ ਕੰਮ ਸੀ ਉਹਦਾ। ਅੱਛਾ ਹਾਂਜੀ, ਇਹ ਤੇ 1967 ਤੱਕ ਲੀਗਲ ਸੈਨਮੇ ਦੇ ਬਾਹਰ ਉਜੜੀ ਵੇਚਦੇ ਰਹੇ, ਅਜੇ ਵੀ ਉੱਥੇ ਉਜੜੀਆਂ ਵਾਲੇ ਆਏ ਨੇ। ਇਹਨਾਂ ਦੇ ਤਮਾਮ ਰਿਸ਼ਤੇਦਾਰ ਨੇ ਉਜੜੀ ਪਤੀਲੇ ਲਾ ਕੇ ਬੈਠੇ ਹੁੰਦੇ ਨੇ। ਹਾਂ ਕਈ ਵਾਰੀ ਇਹ ਸਾਰੀ ਨਦੀਮ ਫੈਮਿਲੀ ਹੈ, ਕਈ ਵਾਰੀ ਉਹਨਾਂ ਤੌਲੀਆ ਪਕਾ ਕੇ ਰੱਖਿਆ ਹੁੰਦਾ। ਓਏ ਓਏ ਇਹ ਨਦੀਮ ਫੈਮਿਲੀ ਹੈ ਸਾਰੀ। ਕਿ ਨਦੀਮ ਵਾਕਿਆ ਹੀ ਕੱਲ ਨੂੰ ਇਹ ਕਾਲ ਨੂੰ ਨਹੀਂ ਸਰ ਕਾਲ ਨੂੰ ਇਹ ਇਹ ਸ਼ੂਦਰ ਨੇ ਇਹ ਆਏ ਕਿਸ ਤਰ੍ਹਾਂ ਇੰਡੀਆ ਚੋਂ, ਕਿਸ ਤਰ੍ਹਾਂ ਉਹ ਆਪਣਾ ਗੱਡਿਆਂ ਤੇ ਕਿਦਾਂ ਆਏ। ਚੌਰੀ ਸਾਹਿਬ ਗੱਡਿਆਂ ਤੇ ਕੀ ਹੋਣਾ ਸੀ, ਨਦੀਮ ਦਾ ਅੱਬਾ ਤੇ ਇੱਕ ਰੇੜੀ ਥੱਲੇ ਜਿਸ ਤਰ੍ਹਾਂ ਉਹ ਕੁੱਤਾ ਨਹੀਂ ਚੱਲਦਾ ਇੱਕ ਸਾਈ ਥੱਲੇ ਟਿਕ 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 ਟਿਕ, ਤੁਸੀਂ ਵੇਖਿਆ ਹੋਣਾ ਇੱਕ ਰੇੜੀ ਧੁੱਪੇ ਚੱਲਦੀ ਹੋਵੇ, ਉਹ ਮੈਂ ਚਲਾਉਂਦਾ ਪਿਆ। ਚਾਚਾ ਜੀ ਤੇ ਉਸ ਤਰ੍ਹਾਂ ਆਏ ਸਨ, ਖੋਤੇ ਦੀ ਪੂਛ ਫੜੀ ਸੀ ਇਹਨਾਂ ਦੇ ਪਿੱਛੋਂ, ਨੰਗੇ ਪੈ ਨਹੀਂ ਸਨ, ਸਿੱਖਾਂ ਧੋਤੀ ਵੀ ਲਾ ਲਈ ਸੀ। ਅੱਛਾ ਹਾਂਜੀ, ਤੇ ਨਦੀਮ ਤੇ ਇੱਥੇ ਆ ਕੇ ਪੈਦਾ ਹੋਇਆ,
ਇਤਫਾਕਨ ਨਦੀਮ ਦੀ ਵਾਕਈ ਹੀ ਇੱਕ ਸਟੈਪ ਮਦਰ ਵੀ ਹੈ ਵਾਕਈ ਹਕੀਕਤ ਮੈਂ ਯੂਟਿਊਬ ਚ ਗੱਲ ਆ ਜਾਣੀ ਅਗਰ ਮੈਂ ਝੂਠ ਮਾਰਾਂ ਨਦੀਮ ਦੀ ਇੱਕ ਸਟੈਪ ਮਦਰ ਆ ਉਹਦੇ ਚੋਂ ਜਿਹੜਾ ਬੱਚਾ ਹੈ ਇਹਦਾ ਅੱਬਾ ਉਹਨੂੰ ਵੀ ਨੀ ਪਛਾਣਦਾ ਆਂਦਾ ਮੇਰਾ ਨਹੀਂ ਆਪਣੀ ਬਰਾਦਰੀ ਚ ਬੜਾ ਨਾਂ ਹੈ ਨਦੀਮ ਕਾਹਨੂੰ ਦਾ ਚੌੜੀ ਸਾਹਿਬ ਪੂਰੀ ਬਰਾਦਰੀ ਇਹਨੂੰ ਓਨ ਕਰਦੀ ਹੈ ਚੌੜੀ ਸਾਹਿਬ ਓਨ ਕਰਦੀ ਹੈ ਜੇ ਅੱਜ ਇਹ ਮੌਲਵੀ ਜਿੰਨਾ ਵੀ ਇਲਮ ਰੱਖਦਾ ਹੁੰਦਾ ਤੇ ਇੱਥੇ ਆਉਂਦਾ ਤੇ ਸਰੀ ਹਜ਼ਾਰ ਵਿਊਰ ਨੇ 25-25 ਹਜ਼ਾਰ ਕੈਨੇਡਾ ਚ ਤੇ ਕਿਉਂ ਨਹੀਂ ਵਿਊਰ ਕਿਉਂ ਨੇ ਕਿ ਸਾਡਾ ਦਿਲ ਨੀ ਮਿਲਾ ਸਾਡਾ ਦਿਲ ਹਰ ਬੰਦੇ ਦਾ ਸਾਫ ਦੇਖੋ ਬਿਲਕੁਲ।